ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਇੱਕ ਮਸਾਲਾ। ਇਹ ਸਰਦੀਆਂ ਦੇ ਮੌਸਮ ਵਿੱਚ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਜੀ। ਜਿਸ ਤਰ੍ਹਾਂ ਆਪਾਂ ਨੂੰ ਖੰਘ ਜ਼ੁਕਾਮ ਹੋ ਜਾਂਦਾ ਸਰਦੀਆਂ 'ਚ ਅਤੇ ਆਪਾਂ ਨੂੰ ਠੰਡ ਲੱਗ ਜਾਂਦੀ ਹੈ, ਤੁਸੀਂ ਇਹਦੀ ਚਾਹ 'ਚ ਪਾ ਕੇ ਵਰਤੋਂ ਕਰੋ ਅਤੇ ਦੁੱਧ 'ਚ ਪਾ ਕੇ ਵਰਤੋਂ ਕਰੋ, ਤੁਸੀਂ ਬਿਲਕੁਲ ਫਿੱਟ ਰਹੋਗੇ ਜੀ। ਚਲੋ ਬਣਾਉਂਦੇ ਆਪਾਂ ਕਿਸ ਤਰ੍ਹਾਂ ਬਣਾਇਆ ਹੈ ਜੀ। ਕੜਾਹੀ ਆਪਾਂ ਨੇ ਗੈਸ 'ਤੇ ਰੱਖਤੀ ਹੈ, ਗੈਸ ਬਣਾਉਣਾ ਜੀ, ਅਤੇ ਆਪਾਂ ਨੇ ਵਿੱਚ ਪਾਈ ਹੈ ਸਾਰਿਆਂ ਨਾਲੋਂ ਪਹਿਲਾਂ ਸੁੰਡ। ਸੁੰਡ ਦਾ ਪਾਊਡਰ ਨਹੀਂ ਲੈਣਾ ਹੈਗਾ ਆਪਾਂ ਨੇ, ਸਾਬਤੀ ਸੁੰਡ ਲੈਣੀ ਹੈ ਜੀ। ਅਤੇ ਇਹ ਹੈਗੀ ਹੈ ਜੀ ਮਲੱਠੀ। ਮਲੱਠੀ ਨੂੰ ਪਹਿਲਾਂ ਤੁਸੀਂ ਕਿਸੇ ਚੀਜ਼ ਨਾਲ ਕੁੱਟ ਲਿਓ ਜੀ, ਫਿਰ ਇਹ ਥੋੜ੍ਹੀ ਜੀ ਆਪਾਂ ਇਸ ਤਰ੍ਹਾਂ ਤੋੜ ਕੇ ਇਹਨੂੰ ਪਾ ਦਾਂਗੇ, ਨਹੀਂ ਫਿਰ ਇਹ ਹਾਰਡ ਬਹੁਤ ਹੁੰਦੀ ਹੈ ਜੀ। ਅਤੇ ਇਹਨੂੰ ਪਾ ਕੇ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਦਾਲਚੀਨੀ। ਦਾਲਚੀਨੀ ਦੇ ਆਪਾਂ ਛੋਟੇ ਛੋਟੇ ਟੁਕੜੇ ਜਿਹੇ ਕਰਕੇ ਪਾਵਾਂਗੇ ਜੀ। ਬਾਕੀ ਚੀਜ਼ਾਂ ਜੀ ਜਿਹੜੀ ਤੁਹਾਨੂੰ ਚੀਜ਼ ਜ਼ਿਆਦਾ ਪਸੰਦ ਆ ਉਹ ਤੁਸੀਂ ਵੱਧ ਪਾ ਲਿਓ, ਅਤੇ ਜਿਹੜੀ ਚੀਜ਼ ਤੁਹਾਨੂੰ ਘੱਟ ਪਸੰਦ ਆ ਉਹ ਤੁਸੀਂ ਥੋੜ੍ਹੀ ਪਾ ਲਿਓ ਜੀ। ਇਹਦੇ ਵਿੱਚ ਚੀਜ਼ਾਂ ਦਾ ਕੋਈ ਉਹ ਨਹੀਂ ਹੈਗਾ ਵੀ ਤੁਸੀਂ ਜਿੰਨੀਆਂ ਮੈਂ ਪਾਈਆਂ ਉਨੀਆਂ ਹੀ ਪਾਉਣੀਆਂ ਹੈ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕਾਲੀਆਂ ਮਿਰਚਾਂ, ਅਤੇ ਥੋੜ੍ਹਾ ਜਿਹਾ ਆਪਾਂ ਇਹਨਾਂ ਨੂੰ ਲਵਾਵਾਂਗੇ ਜੀ ਸੇਕ। ਸੇਕ ਲਵਾਉਣ ਤੋਂ ਬਾਅਦ ਫਿਰ ਆਪਾਂ ਹੋਰ ਚੀਜ਼ਾਂ ਇਹਦੇ 'ਚ ਪਾਉਂਦੇ ਹਾਂ ਜੀ। ਅਜਮੈਣ ਦਾ ਪਾਵਾਂਗੇ ਜੀ ਇੱਕ ਚਮਚਾ, ਇਹ ਟੇਬਲ ਸਪੂਨ ਨਹੀਂ ਹੈਗਾ ਜੀ ਚਮਚਾ, ਇਹ ਕਾਫੀ ਵੱਡਾ ਹੈ, ਅਤੇ ਤੁਸੀਂ ਜਿੰਨਾ ਕੁ ਮਸਾਲਾ ਬਣਾਉਣਾ ਹੈ ਤੁਸੀਂ ਉਹਦੇ ਮੁਤਾਬਕ ਪਾ ਲਿਓ ਜੀ। ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ। ਅਤੇ ਹੁਣ ਆਪਾਂ ਨੇ ਪਾਤਾ ਜੀ ਇੱਕ ਚਮਚਾ ਵਿੱਚ ਸੌਂਫ ਦਾ, ਸੌਂਫ ਪਾ ਕੇ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ। ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਅਤੇ ਹੁਣ ਆਪਾਂ ਨੇ ਪਾਈਆਂ ਛੋਟੀਆਂ ਇਲਾਇਚੀਆਂ, ਇਹਦੇ ਪਾਵਾਂਗੇ ਜੀ ਆਪਾਂ 3 ਚਮਚ ਵੱਡੇ ਸਾਰੇ ਭਰ ਕੇ, ਕਿਉਂਕਿ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਜੀ। ਜਦ ਆਪਾਂ ਚਾਹ ਬਣਾਉਂਦੇ ਹਾਂ ਜਾਂ ਦੁੱਧ ਦੇ ਵਿੱਚ ਪਾਉਂਦੇ ਹਾਂ, ਟੇਸਟ ਬਹੁਤ ਚੇਂਜ ਹੋ ਜਾਂਦਾ ਹੈ ਜੀ। ਅਤੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਵੀ ਸੇਕ ਲਵਾ ਲਾਂਗੇ ਜੀ। ਹੁਣ ਆਪਾਂ ਪਾਵਾਂਗੇ ਜੀ 2 ਵੱਡੇ ਚਮਚੇ ਭਰ ਕੇ ਲੌਂਗਾਂ ਦੇ। ਲੌਂਗ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਸੇਕ ਮਤਲਬ ਐਂ ਨਹੀਂ ਹੈਗਾ ਵੀ ਆਪਾਂ ਨੇ ਕੋਈ ਇਹਨਾਂ ਨੂੰ ਰਾੜਨਾ ਹੈ, ਬਸ ਇਹਨਾਂ ਦੇ ਵਿੱਚ ਨਾ ਇੱਕ ਨਮੀ ਜੀ ਹੁੰਦੀ ਹੈ, ਆਪਾਂ ਨੇ ਉਹ ਖਤਮ ਕਰਨੀ ਆ। ਜਦ ਨਮੀ ਜੀ ਖਤਮ ਹੋ ਜਾਂਦੀ ਆ ਫਿਰ ਇਹਨਾਂ ਨੂੰ ਪੀਸਣਾ ਵੀ ਸਹੀ ਰਹਿੰਦਾ, ਨਹੀਂ ਇਹ ਪੀਸ ਨਹੀਂ ਹੁੰਦੇ ਹੈਗੇ। ਅਤੇ ਜਦੋਂ ਸਾਰੀਆਂ ਚੀਜ਼ਾਂ ਨੂੰ ਸੇਕ ਲੱਗ ਗਿਆ, 1 ਚਮਚਾ ਮੈਂ ਨਾ ਸੁੱਕਿਆ ਹੋਇਆ ਪੁਦੀਨਾ ਸੀਗਾ ਮੈਂ ਉਹਦਾ ਭਰ ਕੇ ਪਾਇਆ ਵੱਡਾ ਸਾਰਾ ਚਮਚਾ, ਅਤੇ ਉਹਨੂੰ ਵੀ ਆਪਾਂ ਵਿੱਚ ਪਾ ਕੇ ਚੰਗੀ ਤਰ੍ਹਾਂ ਲਵਾ ਲਾਂਗੇ ਜੀ ਸੇਕ। ਇਹ ਸਾਰੇ ਜਿਹੜੇ ਮਸਾਲੇ ਆ ਇਹ ਇੱਕ ਮੈਡੀਸਨ ਦਾ ਕੰਮ ਕਰਦੇ ਆ ਜੀ। ਅਤੇ ਗੈਸ ਆਪਾਂ ਨੇ ਬੰਦ ਕਰਤਾ, ਅਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ, ਕਿਉਂਕਿ ਵੀ ਜਿਹੜੇ ਨੀਚੇ ਆ ਉਹ ਫਿਰ ਸੜ ਨਾ ਜਾਣ। ਅਤੇ ਇਹਨੂੰ ਆਪਾਂ ਕਿਸੇ ਹੋਰ ਚੀਜ਼ ਦੇ ਵਿੱਚ ਕੱਢ ਲੈਂਦੇ ਹਾਂ, ਇਹ ਤਾਂ ਆਪਣੀ ਕੜਾਹੀ ਗਰਮ ਬਹੁਤ ਜ਼ਿਆਦਾ ਹੈ। ਲਓ ਜੀ ਆਪਾਂ ਨੇ ਇਹਨੂੰ ਅਲੱਗ ਕਿਸੇ ਭਾਂਡੇ 'ਚ ਕੱਢ ਲਿਆ ਜੀ ਕੌਲੇ 'ਚ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਇਹਨੂੰ ਹਿਲਾ ਹਿਲਾ ਕੇ ਠੰਡਾ ਕਰਾਂਗੇ। ਪੀਸਣਾ ਆਪਣੇ ਇਹ ਉਦੋਂ ਆ ਜਦੋਂ ਇਹ ਮਤਲਬ ਵੀ ਥੋੜ੍ਹਾ ਜਿਹਾ ਕੋਸਾ ਜਿਹਾ ਹੋਊਗਾ ਉਦੋਂ ਆਪਾਂ ਨੇ ਇਹਨੂੰ ਪੀਸ ਕੇ ਮਸਾਲੇ ਨੂੰ ਕਰਨਾ ਜੀ ਤਿਆਰ। ਅਤੇ ਲਓ ਜੀ ਆਪਾਂ ਨੇ ਇਹਨੂੰ ਅਲੱਗ ਕਰਕੇ ਕਰਤ ਕੇ ਰੱਖਤਾ, ਹੁਣ ਇਹਨੂੰ ਹੱਥ ਲੱਗਣ ਲੱਗ ਗਿਆ, ਮਤਲਬ ਵੀ ਠੰਡਾ ਜਿਹਾ ਹੋ ਗਿਆ ਕੋਸਾ ਜਿਹਾ। ਅਤੇ ਹੁਣ ਆਪਾਂ ਪੀਸ ਲਿਆ ਜੀ ਇਹਨੂੰ ਮਿਕਸੀ ਦੇ ਵਿੱਚ ਪਾ ਕੇ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਹਾਂ ਜੀ, ਜੇ ਤੁਹਾਡਾ ਮਸਾਲਾ ਮਿਕਸੀ ਦੇ ਵਿੱਚ ਪੀਸ ਨਹੀਂ ਹੋ ਰਿਹਾ, ਤੁਸੀਂ ਵਿੱਚ 1 ਚਮਚਾ ਨਾ ਚੀਨੀ ਦਾ ਪਾ ਲਿਆ ਕਰੋ, ਨਹੀਂ 2 ਪਾ ਲਿਆ ਕਰੋ, ਉਹਦੇ ਨਾਲ ਬਹੁਤ ਵਧੀਆ ਪੀਸ ਕੇ ਤਿਆਰ ਹੋ ਜਾਂਦਾ। ਮਸਾਲਾ ਆਪਣਾ ਪੀਸ ਲਿਆ ਜੀ, ਮਸਾਲਾ ਤਿਆਰ ਆ ਜੀ ਆਪਣਾ ਸਰਦੀਆਂ ਵਾਸਤੇ। ਇਹਨੂੰ ਤੁਸੀਂ ਕਿਸੇ ਕੱਚ ਦੇ ਭਾਂਡੇ 'ਚ ਪਾ ਕੇ ਰੱਖਣਾ ਹੈ ਜੀ, ਅਤੇ ਉੱਪਰ ਟਾਈਟ ਦੇਣਾ ਇਹਦੇ ਉੱਪਰ ਢੱਕਣ, ਕਿਉਂਕਿ ਜੇ ਤੁਸੀਂ ਇਹਨੂੰ ਇਹਦਾ ਥੋੜ੍ਹਾ ਜਿਹਾ ਇਹਦੇ ਵਿੱਚ ਹਵਾ ਜਾਈ ਗਈ ਨਾ ਫਿਰ ਇਹਦੇ ਬਣਾਏ ਦਾ ਕੋਈ ਫਾਇਦਾ ਨਹੀਂ ਹੈਗਾ, ਇਹਦਾ ਜਿਹੜਾ ਫਲੇਵਰ ਆ ਸਾਰਾ ਖਤਮ ਹੋ ਜਾਂਦਾ ਹੈ। ਅਤੇ ਲਓ ਜੇ ਤੁਸੀਂ ਚਾਹ ਬਣਾਉਣੀ ਉਹਦੇ 'ਚ ਪਾਓ, ਸ਼ਾਮ ਨੂੰ ਦੁੱਧ ਪੀਣਾ ਤਾਂ ਉਹਦੇ 'ਚ ਪਾਓ, ਸਰੀਰ ਨੂੰ ਰੱਖੋ ਤੰਦਰੁਸਤ। ਖੰਘ ਜ਼ੁਕਾਮ ਤੁਹਾਡੇ ਬਿਲਕੁਲ ਵੀ ਠੰਡ ਨੇੜੇ ਨਹੀਂ ਆ ਸਕਦੀ ਹੈਗੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ।